डीजीपी पंजाब की हिदायतों के अनुसार फरीदकोट के एसएसपी नानक सिंह केटागिरी के गैंगस्टर तीरथ सिंह ढिलवां के पारिवारिक मेम्बड़े को मिले गुनाह का रास्ता छोड़ आत्मसमर्पण कर कानून का सामना करने की दी सलाह। तीरथ की बहन ने की तीरथ को आत्मसमर्पण करने की अपील। गुरवीर कौर है मेरा नाम। साडी पुलिस नाल यही गल हुई के भी तुसी जे तुहाडे कॉन्टैक्ट च आउंदा तुहाडा ब्रदर तां तुसी उहनू भी कंपेल करो उह पेश हो जावे सरेंडर कर जावे। तो असी क्या भी चलो पहली गल तो सानू लगता नहीं गा भी साढ़े कॉन्टैक्ट जो हूँ 9 साल का नहीं आया तो हूँ एड्डी छेती कितों आजूगा। तो बाकी असी क्या भी असी तुहाडे नाल तुसी साडे नाल मीटिंग की है तुसी इहनू ऐड करो शायद वो देखे भी मेरे भी सिस्टर नाल गलबात जां एसएसपी साहब आप आए है जां कुछ भी है तो शायद वह देखे तो शायद वह मन आप करे भी घर दे भी परेशान आ भी मैं सरेंडर कर जावां। ਕਿੰਨੀ ਦੇਰ ਤੋਂ ਜਿਹੜਾ ਤੁਹਾਡੇ ਨਾਲ ਇਹ ਕੰਟੈਕਟ ਨਹੀਂ ਆਇਆ? ਸਾਡੇ ਨਾਲ ਤਾਂ ਮਤਲਬ ਕਿ ਜੇਲ੍ਹ ਦੇ ਵਿੱਚ ਸੀਗਾ ਜਦੋਂ ਉਦੋਂ ਸਾਡੇ ਨਾਲ ਫੋਨ ਤੇ ਗੱਲ ਕਰਦਾ ਸੀ ਉਹ ਤੇ ਜਦੋਂ ਦਾ ਜੇਲ੍ਹ ਚੋਂ ਭੱਜਿਆ ਹੋਇਆ ਉਸ ਤੋਂ ਬਾਅਦ ਸਾਡਾ ਕੋਈ ਕੰਟੈਕਟ ਨਹੀਂ ਉਹਦੇ ਨਾਲ। ਉਹ ਵੀ ਇਹ ਤਾਂ ਹੁਣ ਬਠਿੰਡੇ ਰਹਿੰਦਾ ਸੀਗਾ ਜਦੋਂ ਉੱਥੇ ਖੇਡਦਾ ਹੁੰਦਾ ਸੀਗਾ ਉਦੋਂ ਲੱਖਾ ਸਧਾਣਾ ਹੁਣੀ ਉਹਦੇ ਫਰੈਂਡ ਸੀ ਤੇ ਉਹਨਾਂ ਨਾਲ ਕਾਫੀ ਅੱਛੇ ਰਿਲੇਸ਼ਨ ਸੀ। ਹਾਂਜੀ ਤੇ ਉਸ ਤੋਂ ਬਾਅਦ ਵਿੱਚ ਇਹ ਨਹੀਂ ਪਤਾ ਵੀ ਉਹ ਬਾਹਰ ਇਹੋ ਜਿਹੀ ਦੁਨੀਆ 'ਚ ਕਿਵੇਂ ਵੜਿਆ ਇਹ ਨਹੀਂ ਸਾਨੂੰ ਪਤਾ ਹੈਗਾ। ਤੇ ਬਾਅਦ ਵਿੱਚ ਤਾਂ ਸੁਣਨ 'ਚ ਆਇਆ ਵੀ ਉਹ ਲੱਖਾ ਸਧਾਣੇ ਨਾਲ ਵੀ ਉਹਦੀ ਲੜਾਈ ਵੀ ਹੋਈ ਆ ਇਹ ਵੀ ਸਾਨੂੰ ਮੰਨਣ 'ਚ ਨਹੀਂ ਆਇਆ ਕਿਉਂਕਿ ਉਹ ਚੰਗੇ ਫਰੈਂਡ ਸੀਗੇ। ਹਾਂਜੀ 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 ਲੱਖਾ ਸਧਾਣਾ ਇਸ ਟਾਈਮ ਸਾਨੂੰ ਬਹੁਤ ਵਧੀਆ ਲੱਗਦਾ ਉਹ ਚੰਗੀ ਪ੍ਰਚਾਰ ਕਰਦਾ ਚੰਗੀਆਂ ਸੋਹਣੀਆਂ ਗੱਲਾਂ ਕਰਦਾ ਉਹ ਵੀ ਵਧੀਆ ਗੱਲਾਂ ਕਰਦਾ। ਨਹੀਂ ਅਸੀਂ ਅਸੀਂ ਸੋਚਦੇ ਹਾਂ ਵੀ ਉਹ ਉਹਦੇ ਦਿਲ ਵਿੱਚ ਇਹ ਜ਼ਰੂਰ ਆਵੇ ਵੀ ਜਿਹੜਾ ਲੱਖਾ ਸਧਾਣਾ ਕਿਸੇ ਟਾਈਮ ਉਹਨੂੰ ਵੀ ਲੋਕ ਗੈਂਗਸਟਰ ਕਹਿੰਦੇ ਸੀ ਪੁਲਿਸ ਵੀ ਗੈਂਗਸਟਰ ਕਹਿੰਦੀ ਸੀ ਵੀ ਤੀਰਥ ਇਹ ਸੋਚੇ ਵੀ ਮੇਰਾ ਉਹ ਦੋਸਤ ਵੀ ਹੈ ਚਲੋ ਜੇ ਮਾੜੀ ਮੋਟੀ ਉੱਨੀ ਇੱਕੀ ਹੋਈ ਆ ਕਦੇ ਤਾਂ ਉਹ ਦੋਸਤ ਸੀ ਇੱਕ ਥਾਲੀ 'ਚ ਖਾਂਦੇ ਸੀ ਵੀ ਜੇ ਅੱਜ ਉਹ ਸੁਧਰ ਸਕਦਾ ਤਾਂ ਅਸੀਂ ਕਿਉਂ ਨਹੀਂ। ਅੱਜ ਲੱਖਾ ਸਧਾਣਾ ਬਹੁਤ ਵਧੀਆ ਗੱਲਾਂ ਕਰਦਾ ਅਸੀਂ ਸੁਣਦੇ ਹਾਂ ਮੇਰਾ ਬੇਟਾ ਮੈਨੂੰ ਫੋਨ 'ਤੇ ਦਿਖਾਉਂਦਾ ਬਹੁਤ ਵਧੀਆ ਵੀ ਚਲੋ ਥੋੜ੍ਹੀ ਅਸੀਂ ਉਹਨੂੰ ਸਾਡੀ ਜਾਣ ਪਛਾਣ ਆ ਸਾਨੂੰ ਥੋੜ੍ਹਾ ਜਿਹਾ ਹੋਰ ਫਕਰ ਹੁੰਦਾ ਵੀ ਇਹ ਅੱਜ ਮੁੰਡਾ ਸਿਆਣੀਆਂ ਗੱਲਾਂ ਕਰਦਾ ਸਾਨੂੰ ਚੰਗਾ ਲੱਗਦਾ। ਅਸੀਂ ਚਾਰ ਭੈਣਾਂ ਇੱਕੋ ਹੀ ਬ੍ਰਦਰ ਆ ਸਾਡਾ। ਹਾਂਜੀ ਅਸੀਂ ਚਾਰ ਭੈਣ ਹੈ ਅਤੇ ਇੱਕੋ ਹੀ ਬ੍ਰਦਰ ਛੋਟਾ ਹੈ ਸਾਡੇ ਸਾਰਿਆਂ ਨਾਲੋਂ ਸਭ ਤੋਂ ਵੱਡੀ ਮੈਂ ਹਾਂ ਉਸ ਤੋਂ ਛੋਟੀ ਆਸਟ੍ਰੇਲੀਆ ਅਤੇ ਉਸ ਤੋਂ ਛੋਟੀ ਜਿਹਦੇ ਘਰਵਾਲੀ ਦੀ ਡੈਥ ਹੋਈ ਸੀ ਉਹ ਵੀ ਆਸਟ੍ਰੇਲੀਆ ਚਲੇ ਗਈ ਆਈਲੈਟਸ ਕਰਕੇ ਚਲੇ ਗਈ ਉਹਦੀ ਬੇਟੀ ਸੀ ਉਹ ਵੀ ਚਲੇ ਗਈ ਅਤੇ ਸਭ ਤੋਂ ਛੋਟੀ ਮੇਰੀ ਭੈਣ ਅਨਮੈਰਿਡ ਆ ਉਹ ਵੀ ਆਸਟ੍ਰੇਲੀਆ ਚਲੇ ਗਈ ਵੀ ਮੈਨੂੰ ਵਧੀਆ ਲੱਗਦਾ ਕਿਉਂਕਿ ਜਿਹੜੇ ਗੈਂਗਸਟਰ ਹੈ ਚਲੋ ਕੁਛ ਵੀ ਆ ਉਹਨਾਂ ਦੀ ਪਹਿਲੀ ਗੱਲ ਤਾਂ ਜਾਨ ਸੇਫ ਹੋ ਜੂਗੀ ਕਿਉਂਕਿ ਜਿਵੇਂ ਉਹ ਐਨਕਾਊਂਟਰ 'ਚ ਮਾਰੇ ਜਾਂਦੇ ਆ ਜੇ ਉਹ ਅੱਗੋਂ ਗੋਲੀਆਂ ਚਲਾਉਂਦੇ ਪੁਲਿਸ ਚਲਾਉਂਦੀ ਹੈ ਗੋਲੀਆਂ ਅਤੇ ਫਿਰ ਇਹਦੇ ਵਿੱਚ ਤਾਂ ਸਾਡੇ ਹੱਥ ਪੱਲੇ ਕੁਛ ਵੀ ਨਹੀਂ ਆਉਣਾ ਜੇ ਸਾਡਾ ਮੁੰਡਾ ਮੈਂ ਤਾਂ ਕਹਿੰਦੀ ਸਰੈਂਡਰ ਕਰ ਜਾਵੇ ਅਤੇ ਸਾਨੂੰ ਚਲੋ ਜਿਉਂਦਾ ਸਾ ਅਸੀਂ ਵੇਖਾਂਗੇ। ਹੁਣ ਉਹ ਵਿੱਕੀ ਗਾਉਂਡਰ ਦਾ ਕਿੱਡਾ ਬੇਹੱਦ ਦੁੱਖ ਹੋਇਆ ਸਾਨੂੰ ਵਿਚਾਰੀਆਂ ਮਰੇ ਪਏ ਦੇ ਉਹਦੇ ਸਿਹਰਾ ਬੰਨੀ ਜਾਂਦੀਆਂ ਅਤੇ ਮੈਂ ਤਾਂ ਕੱਲ੍ਹ ਆਇਆ ਆਖਿਆ ਸੀ ਐਸਐਸਪੀ ਸਾਹਿਬ ਨੂੰ ਜੇ ਤੁਸੀਂ ਉਹਦੀਆਂ ਭੈਣਾਂ ਨੂੰ ਨਾਲ ਲੈ ਜਾਂਦੇ ਵੀ ਫੜਨ ਸਮੇਂ ਜਦੋਂ ਫੜਨ ਗਏ ਸੀ ਤੁਸੀਂ ਘੇਰਾ ਪਾਇਆ ਸੀ ਅਤੇ ਉਹਦੀਆਂ ਭੈਣਾਂ ਨਾਲ ਹੁੰਦੀਆਂ ਸ਼ਾਇਦ ਉਹ ਗੋਲੀਆਂ ਨਾ ਚਲਾਉਂਦਾ ਅਤੇ ਉਹਦੇ ਵੀ ਨਾ ਵੱਜਦੀਆਂ। ਮੇਰੇ ਬ੍ਰਦਰ ਨੂੰ ਮੈਂ ਇਹੀ ਰਿਕੁਐਸਟ ਕਰਦੀ ਹਾਂ ਵੀ ਐਸਐਸਪੀ ਸਾਹਿਬ ਖੁਦ ਚੱਲ ਕੇ ਮੇਰੇ ਕੋਲ ਇੱਥੇ ਸਾਨੂੰ ਇਹ ਕਹਿਣ ਆਏ ਵੀ ਜੇ ਤੁਹਾਡਾ ਭਰਾ ਤੁਹਾਡੀ ਰੇਂਜ 'ਚ ਆਉਂਦਾ ਜਾਂ ਕੋਸ਼ਿਸ਼ ਕਰੋ ਵੀ ਰੇਂਜ 'ਚ ਆਵੇ ਤੁਹਾਡੀ 'ਚ ਅਤੇ ਤੁਸੀਂ ਉਹਨੂੰ ਕਹੋ ਵੀ ਤੂੰ ਸਰੈਂਡਰ ਕਰ ਦੇ ਭਲਾ ਐਸਐਸਪੀ ਰਾਹੀਂ ਕਰ ਦੇ ਜਾਂ ਕਿਸੇ ਵੀ ਰਾਹੀਂ ਵੀ ਤੂੰ ਸਰੈਂਡਰ ਭਲਾ ਅਦਾਲਤ 'ਚ ਕਰ ਦੇ। ਮੈਂ ਵੀ ਇਹੀ ਕਹਿੰਦੀ ਹਾਂ ਵੀ ਭਰਾਵਾ ਤੂੰ ਆ ਜਾ ਪੇਸ਼ ਹੋ ਜਾ ਅਤੇ ਅਸੀਂ ਆਪਾਂ ਇੱਕ ਦੂਜੇ ਨੂੰ ਮਿਲਦੇ ਹੋ ਜਾਵਾਂਗੇ। ਮੈਂ ਤਾਂ ਇਹੀ ਸੋਚਦੀ ਹਾਂ ਵੀ ਉਹਦੇ 'ਤੇ ਨਜਾਇਜ਼ ਜਿਹੜਾ ਪਰਚਾ ਪੈ ਗਿਆ ਮੇਰੀ ਭੈਣ ਦੇ ਘਰ ਵਾਲਾ ਥੋੜ੍ਹਾ ਨਸ਼ਾ ਪੱਤਾ ਵੀ ਕਰ ਲੈਂਦਾ ਸੀ ਚਲੋ ਸ਼ਰਾਬ ਤਾਂ ਨਹੀਂ ਸੀ ਸ਼ਾਇਦ ਪੀਂਦਾ ਚਲੋ ਜੋ ਵੀ ਉਹਦੇ ਘਰ ਦੇ ਹਾਲਾਤ ਸੀ ਅਤੇ ਵੀ ਉਹਦੀ ਜਦੋਂ ਡੈਥ ਹੋ ਗਈ ਨਾ ਉਹ ਮਾਰ ਕੁਟਾਈ ਮੇਰੀ ਭੈਣ ਨਾਲ ਕਰਦਾ ਹੁੰਦਾ ਸੀ ਅਤੇ ਇਹ ਉਹਨੂੰ ਸਮਝਾਉਣ ਵੀ ਜਾਂਦਾ ਸੀ ਇੱਕ ਦੋ ਵਾਰੀ ਮੇਰਾ ਭਰਾ ਸਮਝਾਉਣ ਗਿਆ ਉਹਨੂੰ ਅਤੇ ਉਸ ਤੋਂ ਬਾਅਦ ਵਿੱਚ ਉਹਦੇ ਕੋਈ ਸੱਟਾਂ ਸੁੱਟਾਂ ਜ਼ਿਆਦਾ ਵੱਜ ਗਈਆਂ ਕਿ ਉਹਨੂੰ ਮਤਲਬ 7 ਵਜੇ ਤੋਂ ਬਾਅਦ ਛੇਤੀ ਕਿਸੇ ਨੇ ਚੁੱਕਿਆ ਨਹੀਂਗਾ ਅਤੇ ਉਹਦੀ ਡੈਥ ਹੋ ਗਈ ਅਤੇ ਉਹ ਪਰਚਾ ਪੈ ਗਿਆ ਅਤੇ ਉਹ ਗੁੱਸੇ 'ਚ ਹੀ ਉੱਥੋਂ ਭੱਜ ਗਿਆ ਉਹ ਦੋਨੇ ਜੀ ਲੜਦੇ ਸੀ ਆਪਸ ਵਿੱਚ ਲੜਾਈ ਰਹਿੰਦੀ ਸੀ ਇਹ 2010 ਦੀ ਗੱਲ ਹੈ। ਤੀਰਥ ਤੇ ਹੁਣ ਸਾਨੂੰ ਤਾਂ ਮੈਂ ਅੱਖਾਂ ਐਵੇਂ ਨਹੀਂ ਪਤਾ ਹੈਗਾ ਸਾਡੇ 'ਤੇ ਵੀ ਕਿਹੜਾ ਊਂ ਮੈਂ ਅਖਬਾਰ ਤੋਂ ਜੇ ਪੜ੍ਹਦੇ ਹਾਂ ਤਾਂ ਇੱਕ ਵਾਰੀ ਜਦੋਂ ਸੁੱਖਾ ਕਾਲਮਾ ਵਾਲਾ ਕੇਸ ਸੀ ਉਹਦੇ 'ਚ ਵੀ ਇਹਦਾ ਨਾਮ ਆਇਆ ਸੀ ਅਤੇ ਉਸ ਤੋਂ ਬਾਅਦ ਵਿੱਚ ਤਾਂ ਨਹੀਂ ਮੈਂ ਸੁਣਿਆ ਮੈਨੂੰ ਲੱਗਦਾ ਨਹੀਂ ਨਹੀਂ ਸਾਨੂੰ ਨਹੀਂ ਲੱਗਦਾ ਸਾਨੂੰ ਤਾਂ ਇੰਝ ਲੱਗਦਾ ਵੀ ਚਲੋ ਜੇ ਉਹ ਭਗੌੜਾ ਹੈ ਉਹਦਾ ਜਦੋਂ ਨਾ ਹੀ ਮਤਲਬ ਕਿ ਇਹੋ ਜਿਹੀ ਦੁਨੀਆਂ 'ਚ ਆ ਚੁੱਕਿਆ ਚਲੋ ਜੇ ਕਿਤੇ ਕੁਛ ਵੀ ਹੁੰਦਾ ਇਹੋ ਜਿਹਾ ਫਿਰ ਮੈਨੂੰ ਲੱਗਦਾ ਕਿ ਗੈਂਗਸਟਰਾਂ ਦਾ ਨਾਂ ਵੈਸੇ ਹੀ ਆ ਜਾਂਦਾ ਹੈ ਐਵੇਂ ਲੱਗਦਾ ਮੈਨੂੰ। ਪੁਲਿਸ ਦਾ ਰੋਲ ਕੁਛ ਬੰਦੇ ਹੁੰਦੇ ਵੀ ਹੈ ਜਿਵੇਂ ਕਿ ਜਿਹੜੇ ਫੜੇ ਜਾਂਦੇ ਜਿਵੇਂ ਪੁਲਿਸ ਕੋਈ ਬੰਦਿਆਂ ਨੂੰ ਫੜਦੀ ਵੀ ਹੈ ਅਤੇ ਉਹ ਹੁੰਦੇ ਵੀ ਹੈ ਵੀ ਉਹਨਾਂ ਨੇ ਉਹ ਕੀਤਾ ਹੁੰਦਾ ਕੰਮ ਇਹ ਅਤੇ ਮੇਰੇ ਹਿਸਾਬ ਨਾਲ ਵੀ ਹੋ ਸਕਦਾ। ਬਾਕੀ ਇਹ ਕਹਿੰਦੀ ਹਾਂ ਵੀ ਮੇਰਾ ਭਰਾ ਹੁਣ ਬਾਹਰ ਰਹਿੰਦਾ ਸਾਡੇ ਤੋਂ 9-10 ਸਾਲ ਦਾ ਪਾਸੇ ਹੈ ਹੁਣ ਸਾਨੂੰ ਕੀ ਪਤਾ ਉਹ ਚੰਗਾ ਹੈ ਕਿ ਮਾੜਾ ਹੈ ਵੀ ਉਹ ਕਿਹੋ ਜਿਹੇ ਕੰਮ ਕਰ ਰਿਹਾ ਪਰ ਜਿਵੇਂ ਉਹਨੂੰ ਅਸੀਂ ਪਿੱਛੋਂ ਦੇਖਦੇ ਹਾਂ ਅਤੇ ਲੱਗਦਾ ਉਹ ਇਹੋ ਜਿਹਾ ਬਣ ਨਹੀਂ ਸਕਦਾ। ਸ਼ੌਂਕ ਉਹ ਰੱਖਦਾ ਸੀ ਮੈਂ ਤੁਹਾਨੂੰ ਦੱਸਦੀ ਉਹ ਚਾਹ ਤੱਕ ਵੀ ਨਹੀਂ ਪੀਂਦਾ ਸੀਗਾ
ਨਸ਼ਾ ਤਾਂ ਦੂਰ ਦੀ ਗੱਲ ਹੈ, ਸ਼ਰਾਬ ਤੱਕ ਦਾ ਉਹਨੇ ਟੇਸਟ ਨਹੀਂ ਹਜੇ ਤੱਕ ਕੀਤਾ ਸੀਗਾ, ਅਤੇ ਬਾਕੀ ਉਹ ਜਿੰਮ ਵਗੈਰਾ ਲਾਉਂਦਾ ਸੀ, ਆਪਦੀ ਬੋਡੀ ਦਾ ਸਰੀਰ ਦਾ ਪੂਰਾ ਧਿਆਨ ਰੱਖਦਾ ਸੀ। ਕਬੱਡੀ ਦਾ ਚੰਗਾ ਪਲੇਅਰ ਸੀ ਉਹ, ਜਿਹੜੇ ਅਸੀਂ ਨਾ ਆਹ ਸੁਖਬੀਰ ਸਰਾਵਾਂ ਜਾਂ ਗੁਲਜ਼ਾਰੀ ਵਰਗੇ ਇਹਨਾਂ ਦਾ ਫਰੈਂਡ ਸੀ, ਇਹਨਾਂ ਨਾਲ ਵਧੀਆ ਕਬੱਡੀ ਖੇਡਦਾ ਸੀ ਉਹ। ਪੜ੍ਹਾਈ ਵਿੱਚ ਬਹੁਤ ਵਧੀਆ ਸੀ, ਟੌਪ ਪੜ੍ਹਦਾ ਸੀਗਾ, ਅਤੇ ਸੈਕਿੰਡ ਈਅਰ ਸ਼ਾਇਦ ਉਹਨੇ ਪਾਸ ਹੈ, ਸੈਕਿੰਡ ਈਅਰ ਕੀਤੀ, ਫਸਟ ਈਅਰ ਨਹੀਂ ਕੀਤੀ ਉਹਨੇ। ਖੇਤੀਬਾੜੀ ਦਾ, ਖੇਤੀਬਾੜੀ ਕਰਦੇ ਮੇਰੇ ਫਾਦਰ ਮਦਰ। ਹਾਂਜੀ ਹਾਂਜੀ। ਨਹੀਂ ਨਹੀਂ ਹੁਣ ਘਰ ਨਹੀਂ ਰਹਿੰਦੇ ਗੇ, ਮੇਰੀ ਮੰਮਾ ਜਾਂ ਤਾਂ ਮੇਰੇ ਕੋਲੇ ਹੁੰਦੇ ਆ ਇੱਥੇ, ਅਤੇ ਜਾਂ ਮੇਰੇ ਮਾਮੇ ਦੀ ਨਾ ਕਾਫੀ ਸਿਹਤ ਜਿਹੜੀ ਖਰਾਬ ਜੀ ਰਹਿੰਦੀ, ਕਦੇ ਕਦੇ ਉੱਥੇ ਚਲੇ ਜਾਂਦੇ ਆ, ਜਾਂ ਤਕਰੀਬਨ ਮੇਰੇ ਹੁਣੇ ਮੇਰੇ ਤੋਂ ਘੰਟਾ ਕੁ ਪਹਿਲਾਂ ਗਏ। ਕਦੀ ਵੀ ਸੰਪਰਕ ਨਹੀਂ ਹੋਇਆ ਇਹਨਾਂ 9 ਸਾਲਾਂ 'ਚ, ਕਦੀ ਵੀ ਸਾਡਾ ਮੇਲ ਮਿਲਾਪ ਨਹੀਂ ਹੋਇਆ ਉਹਦੇ ਨਾਲ। ਅਸੀਂ ਤਾਂ ਤਰਸਦੇ ਹਾਂ ਵੀ ਸਾਨੂੰ ਮਿਲੇ, ਸਾਨੂੰ ਚਲੋ ਮੰਨ ਕੇ ਚੱਲੋ, ਮੈਂ ਤਾਂ ਇਹ ਚਾਹੁੰਦੀ ਹਾਂ ਜੇ ਸਾਨੂੰ ਉਹ ਮਿਲਦਾ ਵੀ ਹੈ, ਅਸੀਂ ਨਾ ਵੀ ਪੁਲਿਸ ਨੂੰ ਕਨਫਰਮ ਕਰਦੇ ਹਾਂ, ਅਸੀਂ ਉਹਨੂੰ ਸਮਝਾ ਬੁਝਾ ਕੇ ਅਸੀਂ ਆਪ ਲੈ ਜਾਈਏ ਉਹਨੂੰ। ਅਸੀਂ ਕਹੀਏ ਵੀ ਪੁਲਿਸ ਨਹੀਂ ਬੁਲਾਉਂਦੇ, ਤੂੰ ਤੂੰ ਸਾਡੇ ਨਾਲ ਚੱਲ, ਆਪਾਂ ਅਦਾਲਤ 'ਚ ਪੇਸ਼ ਹੁੰਦੇ ਹਾਂ, ਕਿਸੇ ਜੱਜ ਰਾਹੀਂ ਪੇਸ਼ ਹੁੰਦੇ ਹਾਂ, ਕਿਸੇ ਵਕੀਲ ਰਾਹੀਂ ਪੇਸ਼ ਹੁੰਦੇ ਹਾਂ, ਵੀ ਵੀ ਤੇਰੀ ਜਾਨ ਸੇਫ ਹੋ ਜੂਗੀ, ਕੀ ਕੁਛ ਹੋਈ ਜਾਂਦਾ। ਮੇਰਾ ਨਾਮ ਭੱਕਰ ਸਿੰਘ ਆ ਜੀ। ਹਾਂਜੀ, ਭਗੌੜਾ ਕਰਾਰ ਦਿੱਤਾ ਉਹਨੂੰ ਜੀ, ਉਹ ਇਹ ਤਾਂ ਹੁਣ ਅਸੀਂ ਕਹਿ ਨਹੀਂ ਸਕਦੇ ਵੀ ਉਹ ਕਿਵੇਂ ਭੱਜਿਆ ਉੱਥੋਂ ਜੇਲ੍ਹ ਦੇ ਵਿੱਚੋਂ। ਉਹ ਉਹਨੂੰ ਪਤਾ, ਅਸੀਂ ਤਾਂ ਜਿਉਂ ਮੈਂ ਰਹਿਣ ਜੀ, ਉਹ 5 ਸਾਲਾਂ ਦਾ ਸੀ, 6 ਸਾਲਾਂ ਦਾ ਜੀ। ਹਾਂਜੀ, ਮੇਰੇ ਵਿਆਹ ਵੇਲੇ ਮੈਂ ਤਾਂ ਉਹਨੂੰ ਬੱਚਿਆਂ ਵਾਂਗੂ ਪਾਲਿਆ ਆਪਦੇ, ਅਤੇ ਪਰ ਮੈਂ ਉਹਨੂੰ ਬਹੁਤ ਜ਼ਿਆਦਾ ਲਾਇਕ ਕਰਦਾ, ਮੈਂ ਤਰਸਦਾ ਵੀ ਮੈਨੂੰ ਮਿਲੇ ਕਿਵੇਂ ਨਾ ਕਿਵੇਂ ਵੀ ਆ ਕੇ, ਵੀ ਅਸੀਂ ਉਹਦਾ ਵਿਆਹ ਕਰੀਏ, ਬੱਚਿਆਂ ਜਵਾਕਾਂ ਦਾ ਹੋ ਜਾਵੇ, ਉਹਦਾ ਘਰ ਪਰਿਵਾਰ ਬਣ ਜਾਵੇ, ਠੀਕ ਠਾਕ ਆਪਦਾ ਹੀ ਰਹੇ, ਅਸੀਂ ਤਾਣਿਆ ਵੀ ਆ ਜਾਵੇ, ਆ ਕੇ ਆਪਦਾ ਸਿਲੰਡਰ ਕਰੇ, ਭਾਵੇਂ DSP ਨਾ ਕਰੇ, ਕਿਸੇ ਨਾਲ ਗੱਲਬਾਤ ਕਰਕੇ ਵੀ ਪੇਸ਼ ਹੋਵੇ। ਇਹ ਠੀਕ ਕਹੀ, ਅਸੀਂ ਤਾਂ ਆਪ ਬਣੇ ਵੀ ਅਸੀਂ ਜੇ ਉਹ ਪੇਸ਼ ਹੋਵੇ ਤਾਂ ਅਸੀਂ ਮਿਲਣ ਜਾਈਏ, ਸਾਨੂੰ ਵੀ ਦਿਲ ਵਧੇ, ਅਸੀਂ ਰੋਟੀ ਰੱਜ ਕੇ ਖਾਈਏ, ਆਪਦਾ ਬੱਚਿਆਂ ਨੂੰ ਲੈ ਕੇ ਜਾਈਏ ਵੀ ਆ ਮਾਮਾ ਤੁਹਾਡਾ, ਹੁਣ ਗੁੜੀ ਮੇਰੀ ਆ, ਉਹ ਤਰਸਦੀ ਆ ਵੀ ਮੈਂ ਆਪਦੇ ਮਾਮੇ ਨੂੰ ਮਿਲਣਾ, ਆਪਦੇ ਮਾਮਾ ਮੇਰਾ ਕਿੱਥੇ ਆ। ਸਾਡਾ ਤਾਂ ਮਨ ਭਰਿਆ ਹੁੰਦਾ ਜੀ ਜਦੋਂ ਗੱਲ ਕੋਈ ਕਰਦਾ ਨਾ ਜੀ, ਬਹੁਤ ਔਖੇ ਆ ਇਹ ਸਮਝ ਆਵੇ ਵਿਚਾਰਾ ਆਪਦੇ ਬੱਚੇ ਬੱਲਿਆਂ ਨਾਲ ਬਣੇ, ਜਵਾਕ ਜਲੇ ਆਪਦੇ ਵਿਚਾਰੇ ਦੇ, ਹੁਣ ਪਰਿਵਾਰ ਵਧੇ, ਹੁਣ ਕਿੱਥੇ ਭੈਣਾਂ ਉਹਦੀਆਂ ਤਰਸੀ ਜਾਂਦੀਆਂ ਵੀ ਸਾਡੇ ਵੀ ਭਾਣਜੇ ਭਤੀਜੇ, ਹੁਣ ਇਹੀ ਮੈਂ ਅਪੀਲ ਕਰਦਾ ਵੀ ਆਪਦਾ ਆ ਜਾਏ ਜ਼ਰੂਰ, ਆ ਵੀ ਸਾਡੀ ਆਵਾਜ਼ ਸੁਣਦਾ ਨਾ ਵੀ ਜ਼ਰੂਰ ਆ ਕੇ ਆਪਦਾ ਕਿਵੇਂ ਕਰ, ਕਿਸੇ ਨੂੰ ਮਿਲ ਕੇ ਕਿਵੇਂ ਨਾ ਕਿਵੇਂ ਵੀ ਸਿਲੰਡਰ ਕਰਕੇ ਵੀ ਆ ਪੇਸ਼ ਹੋ ਜਾ। ਇਹ ਸਾਡੇ DGP ਸਾਹਿਬ ਸ਼੍ਰੀ ਸੁਰੇਸ਼ ਅਰੋੜਾ ਜੀ ਦਾ ਇੱਕ ਪੋਲਿਸੀ ਚੇਂਜ ਹੋਈ ਹੈ ਕਿ ਅਸੀਂ ਜਿਹੜੇ ਗੈਂਗਸਟਰਸ ਨੇ ਜਾਂ ਕ੍ਰਿਮੀਨਲ ਐਕਟੀਵਿਟੀਜ਼ 'ਚ ਇਨਵੋਲਵ ਨੇ, ਇਹਨਾਂ ਨੂੰ ਇੱਕ ਵਾਰੀ ਰੀਚ ਆਊਟ ਕਰਕੇ ਇਹਨਾਂ ਨਾਲ ਗੱਲ ਕੀਤੀ ਜਾਵੇ, ਤਾਂ ਕਿ ਜੇ ਇਹਨਾਂ ਦਾ ਸਰੈਂਡਰ ਵੱਲ ਪਾਸੇ ਧਿਆਨ ਕੀਤਾ ਜਾਵੇ ਕੋਰਟ ਵਿੱਚ ਜਾਂ ਪੁਲਿਸ ਵੱਲ, ਕਿਸੇ ਵੀ ਜਗ੍ਹਾ 'ਤੇ ਜੇ ਸਰੈਂਡਰ ਕਰਨਾ ਚਾਹੁੰਦੇ, ਇਹਨਾਂ ਨੂੰ ਉਸ ਪਾਸੇ ਮੋਟੀਵੇਟ ਕੀਤਾ ਜਾਵੇ, ਅਤੇ ਇਹਨਾਂ ਨੂੰ ਕਿਹਾ ਜਾਵੇ ਕਿ ਤੁਸੀਂ ਲਾਅ ਫੇਸ ਕਰੋ, ਸਰੈਂਡਰ ਕਰੋ, ਅਤੇ ਆਪਣੀ ਜਿਹੜੀ ਮੇਨ ਸਟ੍ਰੀਮ 'ਚ ਵਾਪਸ ਆਉਣ ਦੀ ਕੋਸ਼ਿਸ਼ ਕਰੋ। ਕੱਲ੍ਹ ਸਾਡਾ ਇੱਕ ਕੈਟੇਗਰੀ ਏ ਦਾ ਗੈਂਗਸਟਰ ਹੈ ਫਰੀਦਕੋਟ ਦਾ ਰੈਜੀਡੈਂਟ ਜਿਹੜਾ ਕਿ ਤੀਰਤ ਢਿਲਵਾਂ, ਉਹਦੇ ਘਰ ਮੇਰੇ ਵੱਲੋਂ SPD ਸਾਹਿਬ ਵੱਲੋਂ ਅਤੇ ਇੰਚਾਰਜ CIA ਵੱਲੋਂ ਵਿਜ਼ਿਟ ਕੀਤੀ ਗਈ ਸੀ, ਜਿੱਥੇ ਅਸੀਂ ਇਹਨਾਂ ਦੀ ਫੈਮਿਲੀ ਨੂੰ ਮਿਲੇ ਹਾਂ, ਅਤੇ ਫੈਮਿਲੀ ਨੂੰ ਅਸੀਂ ਕਿਹਾ ਕਿ ਜੇ ਤੁਹਾਡਾ ਕੰਟੈਕਟ ਹੁੰਦਾ ਤਾਂ ਉਹਨੂੰ ਮੋਟੀਵੇਟ ਕਰਨਗੇ ਉਹ ਸਰੈਂਡਰ ਕਰੇ। ਪਰਿਵਾਰ ਦਾ ਇਹੀ ਸੀਗਾ ਕਿ ਪਿਛਲੇ 3-4 ਸਾਲ ਤੋਂ ਉਹ ਕਹਿੰਦੇ ਕਿ ਅਸੀਂ ਨਾ ਤਾਂ ਉਹਨੂੰ ਦੇਖਿਆ, ਨਾ ਮਿਲੇ ਹਾਂ, ਨਾ ਕੋਈ ਗੱਲਬਾਤ ਹੋਈ ਹੈ, ਬਟ ਫਿਰ ਵੀ ਜਿਹੜੇ ਅਸੀਂ ਤਰੀਕੇ ਨਾਲ ਫੇਸਬੁੱਕ 'ਤੇ ਪਾ ਕੇ ਜਾਂ ਕਿਸੇ ਵੀ ਤਰੀਕੇ ਨਾਲ ਅਸੀਂ ਅਪੀਲ ਕਰਾਂਗੇ ਤਾਂ ਕਿ ਉਹ ਸਾਡੇ ਨਾਲ ਕੰਟੈਕਟ ਕਰੇ ਅਤੇ ਅਸੀਂ ਉਹਨੂੰ ਮੋਟੀਵੇਟ ਕਰ ਸਕੀਏ। ਕੈਟੇਗਰੀ ਏ ਦਾ ਇੱਕੋ ਹੀ ਗੈਂਗਸਟਰ ਹੈ ਜਿਹੜਾ ਵਾਂਟਿਡ, ਉਹਨਾਂ ਨੇ ਸਾਨੂੰ ਉਮੀਦ ਤਾਂ ਪੂਰੀ ਦਿੱਤੀ ਹੈ, ਇੰਸ਼ੋਰੈਂਸ ਦਿੱਤੀ ਹੈ ਕਿ ਹਾਂਜੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਆਪਣੇ ਵੱਲੋਂ ਜਿਸ ਵੀ ਤਰੀਕੇ ਨਾਲ ਕੰਟੈਕਟ ਬਣ ਸਕਦਾ, ਅਤੇ ਲੈਟ ਸੀ ਕਿ ਅੱਗੇ ਕਿਸ ਤਰ੍ਹਾਂ ਦਾ ਰਿਸਪੋਂਸ ਮਿਲਦਾ। ਦੇ ਆਰ ਵੈਰੀ ਹੈਪੀ ਕਿ ਜਿਹੜੀ ਸਰਕਾਰ ਹੈ, ਪੁਲਿਸ ਹੈ, ਦੇ ਆਰ ਟਰਾਇੰਗ ਟੂ ਰੀਚ ਆਊਟ ਟੂ ਦ ਗੈਂਗਸਟਰਸ ਕਿ ਕਿਸੇ ਤਰੀਕੇ ਇਹਨਾਂ ਨੂੰ ਵਾਪਸ ਮੇਨ ਸਟ੍ਰੀਮ 'ਚ ਲੈ ਕੇ ਆਈਏ। ਜਿਹੜੇ ਜਿਵੇਂ ਤੁਸੀਂ ਦੇਖਿਆ ਹੋਏਗਾ, DG ਸਾਹਿਬ ਨੇ ਵੀ ਕਿਹਾ ਹੈ ਕਿ ਕ੍ਰਾਈਮ ਨੈਵਰ ਪੇਜ਼ ਏ, ਉਸ ਪਾਸੇ ਡਰਿਫਟ ਕਰ ਗਏ ਗਲਤ ਪਾਸੇ, ਅਤੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਅਤੇ ਸਾਡੀ ਡਿਊਟੀ ਵੀ ਇਹ ਕਿ ਇਹਨਾਂ ਨੂੰ ਵਾਪਸ ਮੇਨ ਸਟ੍ਰੀਮ 'ਚ ਲੈ ਕੇ ਆਈਏ। ਜਿਹੜਾ ਵੀ ਗੈਂਗਸਟਰ ਸਰੈਂਡਰ ਕਰਦਾ ਉਹਦੇ ਵਿੱਚ ਕਲੀਅਰ ਪੋਲਿਸੀ ਹੈ ਕਿ ਉਹਦੀ ਇਨਵੈਸਟੀਗੇਸ਼ਨ ਜਿਹੜੇ ਵੀ ਕੇਸਿਸ ਉਹਦੇ 'ਤੇ ਹੈਗੇ ਪ੍ਰੋਪਰ ਹੋਏਗੀ, ਅਤੇ ਉਹਦੇ ਵਿੱਚ ਜੋ ਲਾਅ ਦੇ ਅਕੋਰਡਿੰਗਲੀ ਬਣਦਾ ਹੋਏਗਾ ਉਹ ਕੀ। ਦੇਸ਼ ਵਿਦੇਸ਼ TV ਕੇ ਲੀਏ ਫਰੀਦਕੋਟ ਸੇ ਗਗਨਦੀਪ ਸਿੰਘ ਕੀ ਵਿਸ਼ੇਸ਼ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ। ਦੀਦੀ, ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ, ਪਰ ਸਵੇਰੇ ਫਿਰ ਤਿਆਰੀ ਕਸੀ ਬੈਠੇ ਹੋ। ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ, ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ। ਵਾਹ, ਕੀ ਬਾਤ ਹੈ, ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ। ਬਾਲੀਵੁੱਡ ਦਾ ਨੰਬਰ 1 ਫਿਲਮ ਮੇਰੇ ਸਾਲਾ ਪੰਜਾਬੀ ਸਕਰੀਨ।